ਪਹਿਲਾਂ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਸ ਜਗ੍ਹਾ ਤੇ ਆਏ। ਨਿਊਜ਼ 18 ਦਾ ਖਾਸ ਕਰ ਮੈਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਸ ਜਗ੍ਹਾ ਤੇ ਆਏ, ਔਰ ਮੈਂ ਬਹੁਤ ਬਹੁਤ ਥੈਂਕਸ ਕਰਦਾ ਹਾਂ। ਤੇ ਆਈਏ ਆਓ ਅਸੀਂ ਆਪਣੇ ਇੱਕ ਵੈਲਕਮ ਦੇ ਨਾਲ, ਵੈਲਕਮ ਸੌਂਗ ਦੇ ਨਾਲ ਅਸੀਂ ਤੁਹਾਡਾ ਵੈਲਕਮ ਕਰਾਂਗੇ। ਵੈਲਕਮ ਵੈਲਕਮ ਆਖਦੇ ਹਾਂ ਅਸੀਂ ਸਾਰੇ। ਅੱਜ ਅਸੀਂ ਤੁਹਾਡੇ ਨਾਲ ਇੱਕ ਅਜਿਹੇ ਵਿਅਕਤੀ ਨੂੰ ਮਿਲਾਉਣ ਜਾ ਰਹੇ ਹਾਂ ਜਿਸ ਨੂੰ ਬਚਪਨ ਤੋਂ ਹੀ ਦਿਖਾਈ ਨਹੀਂ ਦਿੰਦਾ, ਪਰ ਉਸਦੇ ਹੱਥ ਵਿੱਚ ਇੱਕ ਅਜਿਹਾ ਹੁਨਰ ਹੈ ਜਿਸ ਨੂੰ ਦੇਖ ਕੇ ਹਰ ਕੋਈ ਦੰਗ ਰਹਿ ਜਾਂਦਾ ਹੈ। ਮੇਰੇ ਨਾਲ ਇਸ ਵਕਤ ਮੌਜੂਦ ਨੇ ਗਗਨਦੀਪ ਸਿੰਘ, ਜੋ ਕਿ ਇੱਕ ਤਬਲਾ ਵਾਦਕ ਹੈ ਅਤੇ ਇੱਕ ਬਿਹਤਰੀਨ ਤਬਲਾ ਪਲੇ ਕਰਦੇ ਨੇ। ਗਗਨ ਜੀ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਸਰ, ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ, ਔਰ ਤੁਸੀਂ ਇਸ ਜਗ੍ਹਾ 'ਤੇ ਆਏ ਔਰ ਮੈਨੂੰ ਇਸ ਜਗ੍ਹਾ 'ਤੇ ਆਉਣ ਦਾ ਮੌਕਾ ਦਿੱਤਾ। ਗਗਨ ਜੀ, ਤਬਲੇ ਤੋਂ ਗੱਲ ਸ਼ੁਰੂਆਤ ਕਰ ਲਈਏ, ਤੁਹਾਡੇ ਬਚਪਨ ਤੋਂ ਦਿਖਾਈ ਨਹੀਂ ਦਿੰਦਾ ਤੁਹਾਨੂੰ, ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਇਸ ਤਬਲੇ ਨੂੰ ਜਿਹੜਾ ਸਿੱਖਿਆ ਜਾਵੇ ਅਤੇ ਇਸ 'ਮਿਊਜ਼ਿਕ ਦੀ ਲਾਈਨ ਦੇ ਵਿੱਚ ਪਿਆ ਜਾਵੇ? ਸਰ, ਮੇਰਾ ਸ਼ੁਰੂ ਤੋਂ ਹੀ ਮਨ ਸੀ ਕਿ ਮੇਰਾ ਮੈਂ 'ਮਿਊਜ਼ਿਕ ਦੇ ਵਿੱਚ ਹੀ ਪੈਣਾ ਹੈ, ਔਰ ਮੈਂ 'ਮਿਊਜ਼ਿਕ ਦਾ ਹੀ ਜ਼ਿਆਦਾ ਮੈਂ ਕਰਨਾ ਚਾਹੁੰਦਾ ਸੀ। ਔਰ ਕੁਛ ਅਗਰ ਜੇ ਮੈਂ ਆਪਣੇ ਤਬਲਾ ਸਿੱਖਣ ਦੀ ਗੱਲ ਕਰਾਂ, ਅਤੇ ਮੈਂ ਕੁਛ ਮੈਨੂੰ ਗੋਡ ਗਿਫਟਡ ਹੈ ਔਰ ਕੁਛ ਮੈਂ ਸਿੱਖਿਆ ਹੋਇਆ ਸੀ। ਕਿੱਥੋਂ ਸਿੱਖ ਪ੍ਰਾਪਤ ਕੀਤੀ ਤੁਸੀਂ ਤਬਲੇ, ਥੋੜ੍ਹਾ ਇਸ ਬਾਰੇ ਵਿਸਤਾਰ ਨਾਲ ਦੱਸੋ। ਸਰ, ਮੈਂ ਦੱਸਣਾ ਚਾਹੁੰਦਾ ਕਿ ਮੇਰਾ ਜਿਹੜਾ ਤਬਲਾ ਹੈ, ਮੈਂ ਅੰਮ੍ਰਿਤਸਰ ਮੈਂ ਪੜ੍ਹਦਾ ਰਿਹਾ, ਜਿੱਥੇ ਕਿ ਸਕੂਲ ਹੈਗਾ ਅੰਧ ਵਿਦਿਆਲਾ ਸਕੂਲ ਹੈ ਅੰਮ੍ਰਿਤਸਰ ਦੇ ਵਿੱਚ, ਬਹੁਤ ਹੀ ਮਹਾਨ ਜਿਹੜਾ ਹੈ, ਮਤਲਬ ਬਹੁਤ ਅੱਛਾ ਸਕੂਲ ਹੈ। ਉਹ ਸਕੂਲ ਨੂੰ ਹੁਣ ਮਤਲਬ 100 ਸਾਲ ਹੋ ਚੁੱਕੇ ਨੇ ਪੂਰੇ, ਉਹ ਗੋਲਡਨ ਜੁਬਲੀ ਅਜੇ ਪਿਛਲੇ ਸਾਲ ਹੈ ਜਿਹੜੀ ਹੈ ਮਨਾਈ ਗਈ ਹੈ, ਔਰ ਮੈਂ ਉੱਥੋਂ ਜਿਹੜਾ ਹੈਗਾ ਸਿੱਖਿਆ। ਔਰ ਮੈਂ ਸਪੈਸ਼ਲ ਉਹ ਟੀਚਰ ਦਾ ਮੈਂ ਨਾਮ ਲੈਣਾ ਚਾਹਾਂਗਾ ਜਿਹਨਾਂ ਕੋਲੋਂ ਮੈਂ ਸਿੱਖਿਆ, ਉਹਨਾਂ ਦਾ ਨਾਮ ਹੈ ਉਸਤਾਦ ਬਾਲੀ ਸਾਹਿਬ, ਰੋਹਤਾਜ ਬਾਲੀ ਸਰ ਹੈ ਉਹਨਾਂ ਦਾ ਨਾਮ, ਮੇਰੇ ਉਸਤਾਦ ਨੇ, ਔਰ ਮੈਂ ਉਹਨਾਂ ਕੋਲੋਂ ਮੈਂ ਸਿੱਖਿਆ ਹੋਇਆ ਸਰ। ਗਗਨ ਜੀ, ਕਈ ਵਾਰ ਸ਼ਿਕਾਇਤ ਰਹਿੰਦੀ ਹੈ ਕਿਉਂਕਿ ਐਡੀ ਵੱਡੀ ਹਾਨੀ ਹੋਈ ਪਈ ਹੈ, ਬਚਪਨ ਤੋਂ ਹੀ ਕੁਝ ਦਿਖਾਈ ਨਹੀਂ ਦਿੰਦਾ, ਕਦੇ ਮਨ ਦੇ ਵਿੱਚ ਆਇਆ ਨਹੀਂ ਕਿ ਪਰਮਾਤਮਾ ਨੇ ਐਡਾ ਵੱਡਾ ਭਾਣਾ ਵਰਤਾ ਤਾ ਅਤੇ ਉਹ ਗਿਲਾ ਰਹਿੰਦਾ ਹੋਵੇ ਪਰਮਾਤਮਾ ਨਾਲ? ਸਰ, ਹੁਣ ਕਈ ਵਾਰ ਹੁੰਦਾ ਤਾਂ ਹੈ ਵੈਸੇ, ਪਰ ਹੁਣ ਇਹ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ, ਅਗਰ ਅਸੀਂ ਕਿਉਂਕਿ ਮੈਂ ਹਿਸਟਰੀ ਨੂੰ ਵੀ ਦੇਖਦਾ ਹਾਂ, ਕਈ ਲੋਕ ਜਿਹੜੇ ਹੁੰਦੇ ਨੇ ਬਹੁਤ ਸਾਰੇ ਕੰਮ ਕਰਦੇ ਨੇ, ਬਹੁਤ ਸਾਰੇ ਚੀਜ਼ਾਂ ਨੂੰ ਦੇਖਦੇ ਨੇ, ਔਰ ਅਗਰ ਮੇਰੇ ਮਨ ਦੇ ਵਿੱਚ ਇੱਕ ਚੀਜ਼ ਆਉਂਦੀ ਹੈ ਵੀ ਅਗਰ ਜੇ ਉਹ ਕਰ ਸਕਦੇ ਤਾਂ ਮੈਂ ਕਿਉਂ ਨਹੀਂ ਕਰ ਸਕਦਾ। ਇਸ ਟਾਈਮ ਮਿਊਜ਼ਿਕ ਦੇ ਵਿੱਚ ਤੁਸੀਂ ਕੀ ਕਰ ਰਹੇ ਹੋ, ਕੁਝ ਐਜੂਕੇਸ਼ਨ ਇਹਦੀ ਪ੍ਰਾਪਤ ਕਰ ਰਹੇ ਹੋ ਜਾਂ ਸਿਖਾਉਂਦੇ ਪਏ ਹੋ ਜਾਂ ਸਿੱਖਦੇ ਪਏ ਹੋ, ਥੋੜ੍ਹਾ ਇਸ ਬਾਰੇ? ਸਰ, ਮੈਂ ਮਿਊਜ਼ਿਕ ਦੇ ਵਿੱਚ ਜਿਹੜਾ ਹੈਗਾ ਮੇਰਾ BA ਫੋਰਥ ਸੈਮ ਦੇ ਵਿੱਚ ਮੈਂ ਇਸ ਸਮੇਂ ਪੜ੍ਹ ਰਿਹਾ, ਔਰ ਕਾਫੀ ਹੈਲਪ ਵਗੈਰਾ ਜਿਹੜੀ ਹੈ ਮੈਨੂੰ ਦਿੱਤੀ ਜਾ ਰਹੀ ਹੈ, ਔਰ ਜਿਹੜੀ ਵੀ ਮੇਰੀ ਫੀਸ ਹੈ, ਔਰ ਮੇਰੇ ਸਕੂਲ ਦੇ ਮੈਡਮ, ਮੇਰੇ ਜਿਹੜੇ ਸਕੂਲ ਦੇ ਪ੍ਰਿੰਸੀਪਲ ਨੇ ਸਵਿਤਾ ਮੈਡਮ, ਉਹਨਾਂ ਦੇ ਦੁਆਰਾ ਜਿਹੜੀ ਹੈ ਮੈਨੂੰ ਪ੍ਰਦੀਪ ਸਰ ਦੇ ਨਾਲ ਮੈਨੂੰ ਮਿਲਾਇਆ ਗਿਆ, ਔਰ ਉਹ ਦੋਨੋਂ ਮਿਲ ਕੇ ਜਿਹੜੀ ਹੈ ਮੇਰੀ ਫੀਸ ਦਾ ਔਰ ਮੇਰਾ ਮਤਲਬ ਧਿਆਨ ਵਗੈਰਾ ਰੱਖਿਆ ਜਾ ਰਿਹਾ। ਔਰ ਅਗਰ ਜੇ ਮੈਂ ਤੁਹਾਨੂੰ ਆਪਣੀ ਐਜੂਕੇਸ਼ਨ ਦਾ ਮੈਂ ਤੁਹਾਨੂੰ ਦੱਸਾਂ ਕਿ
ਮੈਨੂੰ ਇੱਥੋਂ ਤੱਕ ਕੌਣ ਪਹਿਚਾਣ ਵਾਲਾ ਹੈ? ਮੇਨ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਨੂੰ ਇੱਥੋਂ ਤੱਕ ਪਹਿਚਾਣ ਵਾਲੇ ਮੇਰੇ ਇੱਕ ਉਸ ਸਕੂਲ ਦੇ ਵਿੱਚ ਮੈਡਮ ਵੀ ਟੀਚਰ ਵੀ ਆ, ਉਹ ਐਜ਼ ਆ ਮੇਰੇ ਸਿਸਟਰ ਵੀ ਲੱਗਦੇ ਨੇ, ਉਹਨਾਂ ਦਾ ਨਾਮ ਹੈ ਸੋਨੀਆ ਮੈਡਮ, ਮੇਰੇ ਸਿਸਟਰ ਹੈ ਉਹ, ਮੈਡਮ ਹੈ ਉਹ, ਸੋਨੀਆ ਮੈਡਮ ਹੈ ਉਹਨਾਂ ਦਾ ਨਾਮ, ਔਰ ਉਹ ਜਿਹੜੇ ਹੈ ਮੈਨੂੰ ਇੱਥੇ ਤੱਕ ਪਹੁੰਚਾਉਣ ਵਾਲੇ ਆ, ਉਹਨਾਂ ਦੇ ਦੁਆਰਾ ਜਿਹੜੇ ਹੈ ਮੈਂ ਇੱਥੋਂ ਤੱਕ ਪਹੁੰਚਿਆ, ਉਹੀ ਮੈਨੂੰ ਇੱਥੋਂ ਤੱਕ ਪਹੁੰਚਾਇਆ, ਜਿਸ ਤਰ੍ਹਾਂ ਕਿ ਸਵਿਤਾ ਮੈਮ ਨਾਲ ਮਿਲਾਉਣਾ, ਔਰ ਉਸ ਤੋਂ ਬਾਅਦ ਸਵਿਤਾ ਮੈਮ ਨੇ ਜਿਹੜਾ ਹੈ ਮੈਨੂੰ ਡੀਸੀ ਜਿਹੜੇ ਪ੍ਰਦੀਪ ਸਰ ਹੈ ਉਹਨਾਂ ਨਾਲ ਮਿਲਾਇਆ, ਇਸ ਤਰ੍ਹਾਂ ਕਰਕੇ ਸਰ ਮੇਰੀ ਜਿਹੜੀ ਹੈ ਐਜੂਕੇਸ਼ਨ ਦਾ ਬਣ ਰਿਹਾ। ਗਗਨ ਜੀ ਥੋੜ੍ਹਾ ਤੁਹਾਡੇ ਪਰਿਵਾਰ 'ਤੇ ਚਰਚਾ ਕਰ ਲਈਏ, ਪਰਿਵਾਰ ਦੇ ਵਿੱਚ ਕੌਣ ਕੌਣ? ਪਰਿਵਾਰ ਦੇ ਵਿੱਚ ਸਰ ਮੇਰੇ 3 ਸਿਸਟਰ ਨੇ, ਔਰ ਮਤਲਬ ਇਕੱਲਾ ਮੈਂ ਮਤਲਬ ਇਕੱਲਾ ਹੈ ਭਰਾ ਕੋਈ ਨਹੀਂ। ਅਤੇ ਕੀ ਕਰਨਾ ਕੀ ਚਾਹੁੰਦੇ ਹੋ ਇੱਕ ਵੱਡਾ, ਜੇ ਤੁਸੀਂ ਮਿਊਜ਼ਿਕ ਇੰਡਸਟਰੀ ਵਿੱਚ ਵੀ ਕਈਆਂ ਦੀ ਸੋਚ ਹੁੰਦੀ ਵੀ ਅਸੀਂ ਮਿਊਜ਼ਿਕ ਇੰਡਸਟਰੀ ਦੇ ਵਿੱਚ ਜਾਣਾ, ਤੁਹਾਡੀ ਸੋਚ ਕੀ? ਸਰ ਮੇਰੀ ਸੋਚ ਹੈਗੀ ਮੈਂ ਮਿਊਜ਼ਿਕ ਦਾ ਹੀ ਮੈਂ ਜ਼ਿਆਦਾ ਤੋਂ ਜ਼ਿਆਦਾ ਮੈਂ ਕਰਨਾ ਚਾਹੁੰਦਾ। ਪਰਿਵਾਰ ਦਾ ਕਿਵੇਂ ਦਾ ਸਹਿਯੋਗ? ਸਰ ਇਹਨਾਂ ਦਾ ਵੀ ਬਹੁਤ ਅੱਛਾ ਮਤਲਬ ਸਹਿਯੋਗ ਹੈਗਾ ਹੈ, ਔਰ ਕਾਫੀ ਅੱਛਾ ਜਿਹੜਾ ਹੈਗਾ ਸਮੇਂ ਸਮੇਂ 'ਤੇ ਜਿਹੜਾ ਹੈਗਾ ਗਾਈਡ ਕਰਦੇ ਨੇ, ਔਰ ਬਹੁਤ ਅੱਛਾ ਇਹਨਾਂ ਦਾ ਜਿਹੜਾ ਹੈ ਸਹਿਯੋਗ। ਅਤੇ ਮਿਊਜ਼ਿਕ ਦੀ ਗੱਲ ਕਰੀਏ ਅਸੀਂ, ਤੁਹਾਡੇ ਨਾਲ ਹੋਰ ਵੀ ਜਿਹੜੇ ਸਿੱਖਦੇ ਹੋਣੇ ਆ, ਨੌਜਵਾਨ ਸਿੱਖਦੇ ਹੋਣੇ ਆ, ਕੀ ਲੱਗਦਾ ਕਿ ਜਿਹੜਾ ਬਲਾਇੰਡ ਹੋਣ ਕਾਰਨ ਜਾਂ ਨਾ ਦੇਖਣ ਕਾਰਨ ਕੋਈ ਜ਼ਿਆਦਾ ਦਿੱਕਤ ਆਉਂਦੀਆਂ ਹੋਣ ਸਿੱਖਣ ਦੇ ਵਿੱਚ ਕੁਛ ਇੱਦਾਂ? ਨਹੀਂ ਸਰ ਐਸਾ ਕੁਛ ਨਹੀਂ ਹੈ, ਮਤਲਬ ਕਈ ਵਾਰ ਹੋ ਜਾਂਦਾ ਹੈ, ਜਦੋਂ ਕਈ ਵਾਰ ਮੁਸ਼ਕਿਲ ਆਉਂਦੀ ਸੀ ਸ਼ੁਰੂ ਸ਼ੁਰੂ ਤੋਂ ਜਿਹੜੀ ਸੀ ਉਹ ਮੁਸ਼ਕਿਲ ਆਉਂਦੀ ਸੀ, ਪਰ ਹੁਣ ਨਹੀਂ। ਅਸੀਂ ਦੇਖਦੇ ਕਈ ਵਾਰੀ ਜਿਹੜਾ ਨੋਰਮਲ ਇਨਸਾਨ ਹੈ ਉਹ ਵੀ ਕਈ ਵਾਰੀ ਹਾਰ ਜਾਂਦਾ, ਟੁੱਟ ਜਾਂਦਾ, ਅਤੇ ਐਡਾ ਵੱਡਾ ਕੁਦਰਤੀ ਤੁਹਾਡੇ ਉੱਤੇ ਆਪਦਾ ਹੈਗੀ ਹੈ, ਕਦੇ ਮਨ ਵਿਚਲਿਤ ਹੋਇਆ ਵੀ ਯਾਰ ਛੱਡ ਦਿਓ ਇਹ ਸਾਰੇ ਕੰਮਾਂ ਦੇ ਵਿੱਚ, ਕੁਛ ਇੱਦਾਂ ਆਇਆ ਮਨ 'ਚ? ਸਰ ਇੱਦਾਂ ਦਾ ਤਾਂ ਆਇਆ ਤਾਂ ਬਹੁਤ ਵਾਰ, ਪਹਿਲੇ ਵੀ ਬਹੁਤ ਵਾਰ ਆਇਆ ਮੇਰੇ ਮਨ ਦੇ ਵਿੱਚ ਇਹ ਚੀਜ਼ਾਂ ਤਾਂ ਆਈਆਂ, ਪਰ ਕਹਿੰਦੇ ਆ ਨਾ ਜਦੋਂ ਫਰਿਸ਼ਤੇ ਆ ਜਾਂਦੇ ਆ ਨਾ ਉਦੋਂ ਸਾਰੇ ਹਿੰਮਤ, ਉਦੋਂ ਜਿਹੜੀ ਜਦੋਂ ਫਰਿਸ਼ਤੇ ਆ ਜਾਂਦੇ ਨਾ ਆਪਣੇ ਆਪਣੇ ਮਨ ਦੇ ਵਿੱਚ, ਜਦੋਂ ਫਰਿਸ਼ਤੇ ਆ ਜਾਂਦੇ ਆ ਨਾ ਹੈਲਪ ਦੇ ਵਾਲੀ, ਉਦੋਂ ਰੱਬ ਆਪ ਉਤਰ ਕੇ ਆ ਜਾਂਦਾ ਹੈ। ਅਤੇ ਉਸ ਸਮੇਂ ਦਾ ਮੈਂ ਤੁਹਾਨੂੰ ਦੱਸਾਂ ਵੀ ਮਤਲਬ ਇਹ ਤੁਸੀਂ ਜਿਹੜਾ ਮੈਨੂੰ ਕੁਐਸਚਨ ਕੀਤਾ ਹੈ ਇਸ ਚੀਜ਼ ਦਾ, ਪਰ ਮੈਨੂੰ ਬਹੁਤ ਵਾਰ ਮੈਨੂੰ ਹੋਇਆ ਵੀ ਹੈ ਇਹ ਚੀਜ਼ਾਂ ਦਾ, ਪਰ ਨਹੀਂ ਸੰਭਾਲਣ ਵਾਲੇ ਵੀ ਮੇਰੇ ਇੱਕ ਮੈਡਮ ਹੈਗੇ ਨੇ, ਪ੍ਰਿੰਸੀਪਲ ਮੈਮ ਡਾਕਟਰ ਅਰਪਣਾ ਮੈਮ ਜਿਹੜੇ ਹੈ ਨਾ ਉਹ, ਉਹਨਾਂ ਨੇ ਉਹ ਜਿਹੜੇ ਹੈਗੇ ਨੇ ਉਹ ਮੈਨੂੰ ਜਿਹੜੇ ਹੈ ਉਹ ਸੰਭਾਲਦੇ ਨੇ, ਔਰ ਉਹਨਾਂ ਦੇ ਦੁਆਰਾ ਜਿਹੜੇ ਹੈਗਾ ਮੈਂ ਬਹੁਤ ਉਹ ਸਮੇਂ ਸਮੇਂ 'ਤੇ ਮੈਨੂੰ ਗਾਈਡ ਕਰਦੇ ਨੇ, ਸਮੇਂ ਸਮੇਂ 'ਤੇ ਆ ਪਿੱਛੇ ਜੀ ਉਹਨਾਂ ਨੇ ਮੈਨੂੰ ਮੀਡੀਆ 'ਚ ਵੀ ਉਹਨਾਂ ਨੇ ਮੀਡੀਆ ਦੇ ਨਾਲ ਵੀ ਉਹਨਾਂ ਨੇ ਮੇਰੀ ਇੰਟਰਵਿਊ ਵਗੈਰਾ ਕਰਵਾਈ, ਮਤਲਬ ਉਹਨਾਂ ਨੇ ਮੈਨੂੰ ਕਦੀ ਵੀ ਹਾਰਨ ਨਹੀਂ ਦਿੱਤਾ। ਔਰ ਮੇਰੇ ਇੱਕ ਮੈਡਮ ਹੈਗੇ ਨੇ ਹਿਸਟਰੀ ਡਿਪਾਰਟਮੈਂਟ ਦੇ ਹੈਗੇ ਨੇ ਮੈਡਮ, ਪ੍ਰੋਫੈਸਰ ਸ਼ਿਫਾਲੀ ਸੈਨੀ ਹੈ ਉਹਨਾਂ ਦਾ ਨਾਮ, ਔਰ ਉਹਨਾਂ ਨੇ ਵੀ ਜਿਹੜਾ ਹੈਗਾ ਮੈਨੂੰ ਇੱਥੋਂ ਤੱਕ ਪਹੁੰਚਾਇਆ ਸ਼ੁਰੂ ਤੋਂ ਲੈ ਕੇ ਹੁਣ ਤੱਕ, ਚਾਹੇ ਨਾ ਮੈਨੂੰ ਕਿਸੇ ਰਾਈਟਰ ਦੀ ਪ੍ਰੋਬਲਮ ਆਉਣ ਦਿੱਤੀ ਅਤੇ ਨਾ ਹੀ ਮੈਨੂੰ ਰਿਕਾਰਡਿੰਗ ਦੀ ਪ੍ਰੋਬਲਮ ਉਹਨਾਂ ਨੇ ਕਦੀ ਵੀ ਆਉਣ ਦਿੱਤੀ ਸੀ। ਇੱਕ ਕੀ ਲੱਗਦਾ ਇੱਕ ਬੰਦ ਇੱਕ ਵਿਅਕਤੀ ਦੇ ਜੀਵਨ ਦੇ ਵਿੱਚ ਮਿਊਜ਼ਿਕ ਦੀ ਕੀ ਅਹਿਮੀਅਤ ਹੈਗੀ ਹੈ? ਤੁਸੀਂ ਮਿਊਜ਼ਿਕ ਨਾਲ ਜੁੜੇ ਹੋਏ ਹੋ, ਕੀ ਅਹਿਮੀਅਤ ਰਹਿੰਦੀ ਹੈ ਮਿਊਜ਼ਿਕ ਦੀ ਇੱਕ ਆਮ ਬੰਦੇ ਦੀ ਲਾਈਫ ਦੇ ਵਿੱਚ?
ਸਰ ਮਿਊਜ਼ਿਕ ਦੀ ਅਹਿਮੀਅਤ ਜਿਹੜੀ ਹੈ ਬਹੁਤ ਹੈ ਸਰ। ਬੇਸ਼ੱਕ ਬਲਾਈਂਡ ਨੂੰ ਕੋਈ ਪੁੱਛੇ ਨਾ, ਉਹਦੇ ਟੈਲੈਂਟ ਨੂੰ ਬਹੁਤ ਸਾਰਾ ਲੋਕ ਪੁੱਛਦੇ ਨੇ ਔਰ ਦੇਖਦੇ ਹੈ ਕਿ ਮਤਲਬ ਘਰ ਕਈ ਆਪਣੇ ਬੈਠੇ ਹੁੰਦੇ ਹੈ, ਕੁਛ ਲੋਕ ਹੁੰਦੇ ਹੈ ਵੀ ਆਪਣੇ ਮਤਲਬ ਟੈਲੈਂਟ ਦਿਖਾ ਹੀ ਨਹੀਂ ਪਾਉਂਦੇ, ਗਾਉਂਦੇ ਸੁਰੀਲਾ ਹੈ ਲੇਕਿਨ ਆਪਣਾ ਟੈਲੈਂਟ ਨਹੀਂ ਦਿਖਾ ਪਾਉਂਦੇ ਉਹ, ਪਰ ਲੇਕਿਨ ਅਹਿਮੀਅਤ ਬਹੁਤ ਹੈ। ਕੁਛ ਕਹਿਣਾ ਚਾਹੁੰਦੇ ਹੋ? ਜੀ ਸਰ, ਮੈਂ ਉਹਨਾਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਆਪਣਾ ਜਿਹੜਾ ਹੈਗਾ ਟੈਲੈਂਟ ਦਿਖਾਉਣਾ ਚਾਹੀਦਾ ਹੈ, ਔਰ ਦੂਸਰਾ ਮੈਂ ਤੁਹਾਡੇ ਮਾਧਿਅਮ ਦੇ ਦੁਆਰਾ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਬਲਾਈਂਡ ਨੂੰ ਵੀ ਇੱਕ ਮੌਕਾ ਦੇਣਾ ਚਾਹੀਦਾ, ਪਲੇਟਫਾਰਮ ਦੇਣਾ ਚਾਹੀਦਾ ਹੈ ਕਿ ਹਰ ਵਾਰੀ ਕੋਈ ਨਾ ਕੋਈ ਪ੍ਰੋਬਲਮ, ਹਰ ਵਾਰੀ ਜਿਹੜੀ ਹੈ ਮਤਲਬ ਆਪਣਾ ਟੈਲੈਂਟ ਨੂੰ ਛੁਪਾਏ ਹੋਏ ਬੈਠੇ ਹੋਏ ਨੇ ਘਰ, ਅਤੇ ਅਸੀਂ ਚਾਹੁੰਦੇ ਵੀ ਸਾਨੂੰ ਵੀ ਇੱਕ ਮੌਕਾ ਦਿੱਤਾ ਜਾਏ ਕਿ ਲੋਕਾਂ ਸਾਹਮਣੇ ਟੈਲੈਂਟ ਲਿਆਉਣ ਦਾ, ਤਾਂ ਕਿ ਅਸੀਂ ਵੀ ਅੱਗੇ ਜਿਹੜਾ ਵੱਧ ਸਕੀਏ, ਆਪਣੇ ਟੈਲੈਂਟ ਨੂੰ ਜਿਹੜਾ ਗਿਆ ਹੋਰ ਨਿਖਾਰ ਸਕੀਏ। ਜੀ ਬਿਲਕੁਲ, ਇਸ ਹਨ ਸਾਡੇ ਨਾਲ ਗਗਨਦੀਪ ਜੀ, ਜਿਹੜੇ ਦੇਖ ਨਹੀਂ ਪਾਉਂਦੇ ਲੇਕਿਨ ਹੁਨਰ ਉਹਨਾਂ ਦੇ ਵਿੱਚ ਕੁੱਟ ਕੁੱਟ ਕੇ ਭਰਿਆ ਹੋਇਆ, ਅਪੀਲ ਕਰ ਰਹੇ ਨੇ ਕਿ ਅਜਿਹੇ ਪਲੇਟਫਾਰਮ ਪ੍ਰੋਵਾਈਡ ਕਰਵਾਉਣੇ ਚਾਹੀਦੇ ਹੈ, ਚਾਹੇ ਪ੍ਰਾਈਵੇਟ ਸੰਸਥਾਨ ਹੋਣ ਚਾਹੇ ਸਰਕਾਰਾਂ ਹੋਣ, ਕਿ ਇਹ ਲੋਕ ਜਿਹੜੇ ਨਹੀਂ ਦੇਖ ਸਕਦੇ ਉਹ ਵੀ ਆਪਣਾ ਹੁਨਰ ਲੋਕਾਂ ਦੇ ਸਾਹਮਣੇ ਪੇਸ਼ ਕਰ ਸਕਣ। ਪਠਾਨਕੋਟ ਤੋਂ ਜਤਿਨ ਸ਼ਰਮਾ, ਨਿਊਜ਼ 18 ਪੰਜਾਬ। ਦੇਖ ਨਹੀਂ ਸਕਦੇ ਹਾਂ ਭਾਵੇਂ ਸਭ ਕੁਝ ਕਰ ਸਕਦੇ ਹਾਂ, ਦੇਖ ਨਹੀਂ ਸਕਦੇ ਹਾਂ ਭਾਵੇਂ ਸਭ ਕੁਝ ਕਰ ਸਕਦੇ ਹਾਂ, ਆਪਣੇ ਹੀ ਪੈਰਾਂ ਤੇ ਆ ਕੇ ਆਪ ਖਲੋ ਸਕਦੇ ਹਾਂ, ਆਪਣੇ ਹੀ ਪੈਰਾਂ ਤੇ ਆ ਕੇ ਆਪ ਖਲੋ ਸਕਦੇ ਹਾਂ, ਜੀ ਕਰਦਾ ਏ ਮਾਰੇ ਉਡਾਰੀ, ਜੀ ਕਰਦਾ ਆਇਆ ਨੂੰ।